ਰੋਪੜਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਅੱਜ ਬਹੁਤ ਖੁਸ਼ੀ ਤੇ ਮਾਣ ਹੈਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮਿੰਨੀ ਮੈਰਾਥਨ 5 ਫਰਵਰੀ ਨੂੰ ਸਵੇਰੇ 6 ਵਜੇ ਨਹਿਰੂ ਸਟੇਡੀਅਮ ਵਿੱਚੋਂ ਸ਼ੁਰੂ ਕੀਤੀ ਜਾ ਰਹੀ ਹੈਗੀ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਆਪ ਜੀ ਦੇ ਨਾਲ ਇਹ ਸਾਂਝਾ ਕਰਦੇ ਹੋਏ ਕਿ ਸਾਰੇ ਵਾਸੀ ਇਹਦੇ ਵਿੱਚ ਸਾਰਿਆਂ ਨੂੰ ਪਾਰਟੀਸਪੇਟ ਕਰਨ ਵਾਸਤੇ ਮੈਂ ਖੁੱਲ੍ਹਾ ਸੱਦਾ ਦਿੰਦੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਲੋਕ ਇਹਦੇ ਵਿੱਚ ਵੱਧ ਚੜ੍ਹ ਕੇ ਪਾਰਟੀਸਪੇਟ ਵੀ ਕਰਨਗੇ ਤੇ ਜਿਹੜੇ ਪਾਰਟੀਸਪੇਟ ਨਹੀਂ ਕਰ ਸਕਦੇ ਉਹ ਰਸਤੇ 'ਚ ਉਹਨਾਂ ਦਾ ਸਹਿਯੋਗ ਵੀ ਕਰਨਗੇ। ਇਹੋ ਜਿਹਾ ਦੇ ਇਵੈਂਟਸ ਕਰਕੇ 2 ਤਰੀਕੇ ਦੇ ਫਾਇਦੇ ਹੁੰਦੇ ਹੈਗੇ, ਜਿੱਥੇ ਆਪਾਂ ਨਸ਼ਿਆਂ ਦੇ ਖਿਲਾਫ ਇੱਕ ਲੜਾਈ ਕਰ ਰਹੇ ਹਾਂ ਜੋ ਆਪਣੇ ਸੋਸਾਇਟੀ ਨੂੰ ਖਰਾਬ ਕਰਦੀ ਜਾ ਰਹੀ ਹੈ, ਆਪਣੇ ਆਉਣ ਵਾਲੇ ਫਿਊਚਰ ਤੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਹੈ। ਉਹਦੇ ਨਾਲ ਹੀ ਨਾਲ ਅਵੇਅਰਨੈਸ ਤਾਂ ਹੁੰਦੀ ਹੀ ਹੈਗੀ, ਬਟ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਨ ਕਰਕੇ ਜਿੱਥੇ ਆਪਾਂ ਫਿਜ਼ੀਕਲੀ ਸਟਰੋਂਗ ਹੁੰਦੇ ਹਾਂ ਉੱਥੇ ਹੀ ਮੈਂਟਲੀ ਵੀ ਬਹੁਤ ਸਟਰੋਂਗ ਹੁੰਦੇ ਹਾਂ। ਤੇ ਅਮੂਮਨ ਦੇਖਿਆ ਗਿਆ ਹੈਗਾ ਕਿ ਨਸ਼ੇ ਦੀ ਜਿਹੜੀ ਦਿੱਕਤ ਹੈਗੀ ਉਹ ਮੈਂਟਲ ਵੀਕਨੈਸ ਨੂੰ ਦਿਖਾਉਂਦੀ ਹੈਗੀ ਕਿ ਆਪਾਂ ਕਿਸੇ ਪਰੇਸ਼ਾਨੀ 'ਚ ਆ ਕੇ ਜਾਂ ਕਿਸੇ ਵੀ ਤਰੀਕੇ ਨਾਲ ਹਤਾਸ਼ ਹੋ ਕੇ ਇਸ ਦੇ ਆਦੀ ਬਣ ਜਾਂਦੇ ਹਾਂ। ਤਾਂ ਇਹੋ ਜਿਹਾ ਦੇ ਇਵੈਂਟ ਕਰਕੇ ਜਿੱਥੇ ਇੱਕ ਸੋਸਾਇਟੀ ਵੱਲੋਂ ਇੱਕ ਮੂਵਮੈਂਟ ਜਿਹਾ ਸ਼ੁਰੂ ਹੁੰਦਾ ਹੈਗਾ, ਇੱਕ ਸਭ ਦੇ ਪਾਰਟੀਸਪੇਸ਼ਨ ਕਰਕੇ ਇੱਕ ਵੇਵ ਵੀ ਚੱਲਦੀ ਹੈਗੀ ਕਿ ਜੀ ਸਾਰੇ ਇਸ ਬੁਰਾਈ ਦੇ ਖਿਲਾਫ ਇੱਕ ਜੁੱਟ ਖੜੇ ਹਾਂ, ਤੇ ਮੈਨੂੰ ਉਮੀਦ ਹੈਗੀ ਕਿ ਰੋਪੜ 'ਚ ਆਪਾਂ ਇੱਦਾਂ ਹੀ ਪ੍ਰੋਗਰਾਮਸ ਕਰਦੇ ਰਹਾਂਗੇ ਤੇ ਜਿੰਨਾ ਪਾਰਟੀਸਪੇਸ਼ਨ ਆਊਗਾ ਉਸ ਤੋਂ ਇੱਕ ਪੋਜ਼ਿਟਿਵ ਮੈਸੇਜ ਵੀ ਜਾਂਦਾ ਹੈਗਾ ਤੇ ਨਾਲ ਹੀ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹਾ ਦੀ ਜਿਹੜੇ ਸੋਸ਼ਲ ਡਿਲੇਮਾ ਸੋਸ਼ਲ ਟੈਬੂਜ਼ ਹੈਗੇ ਉਹਨਾਂ ਨੂੰ ਮਿਲ ਕੇ ਫਾਈਟ ਵੀ ਕਰਾਂਗੇ ਤੇ ਆਪਣੇ ਯੂਥ ਤੇ ਆਪਣੇ ਫਿਊਚਰ ਨੂੰ ਬਚਾ ਪਾਵਾਂਗੇ। ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਔਰ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਆਪਾਂ ਲਗਾਤਾਰ ਐਂਟੀ ਡਰੱਗ ਕੈਂਪੇਨ ਕਰ ਰਹੇ ਹੈਗੇ ਆ, ਉਸੇ ਸਿਲਸਿਲੇ ਵਿੱਚ 5 ਤਰੀਕ ਨੂੰ ਸਵੇਰੇ 6 ਵਜੇ ਨਹਿਰੂ ਸਟੇਡੀਅਮ ਵਿਖੇ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈਗਾ। ਮੈਂ ਆਪ ਜੀ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਵੱਧ ਚੜ੍ਹ ਕੇ ਤੁਸੀਂ ਇਹਦੇ 'ਚ ਹਿੱਸਾ ਲਵੋ ਤਾਂ ਜੋ ਆਪਾਂ ਲੋਕਾਂ ਵਿੱਚ ਇੱਕ ਜਿਹੜਾ ਮੈਸੇਜ ਹੈਗਾ ਉਹਨੂੰ ਪਹੁੰਚਾ ਸਕੀਏ ਕਿ ਨਸ਼ਿਆਂ ਦੇ ਖਿਲਾਫ ਰਹਿਣਾ ਹੈਗਾ, ਨਸ਼ਿਆਂ ਤੋਂ ਲੜਨਾ ਹੈਗਾ ਔਰ ਪੰਜਾਬ ਪੁਲਿਸ ਦਾ ਨਾਲ ਹੋ ਕਰਕੇ ਸਾਥ ਦੇਣਾ ਹੈਗਾ।